ਜਦੋਂ ਮੈਨੂੰ ਤੁਹਾਡੀ ਸਟੋਰੀ ਬਾਰੇ ਪਤਾ ਚੱਲਿਆ ਕਿ ਤੁਹਾਡੀ ਬੈਕਗਰਾਊਂਡ ਸਟੋਰੀ ਕਿੱਦਾਂ ਹੈਗੀ ਹੈ, ਅਤੇ ਮੈਨੂੰ ਇੱਦਾਂ ਲੱਗਾ ਕਿ ਤੁਹਾਡੀ ਜੋ ਲਾਈਫ ਦੀ ਜਰਨੀ ਹੈ, ਯੂਨੋ ਤੁਹਾਡੇ ਯੂਨੋ ਗ੍ਰੈਂਡ ਪੇਰੈਂਟਸ ਦੀ ਜੋ ਜਰਨੀ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ, ਸਪੈਸ਼ਲੀ ਬਿਕੋਜ਼ ਜੋ ਸਾਡਾ ਇਹ ਇੰਡੀਆ ਪਾਕਿਸਤਾਨ ਦਾ ਯੂਨੋ ਜਨਮਾਂ ਤੋਂ ਇੱਕ ਜੰਗ ਆ ਰਹੀ ਆ, ਜਿਵੇਂ ਕਿ ਤੁਸੀਂ ਹੁਣੇ ਕਿਹਾ ਕਿ ਉਹ ਜਿਹੜੀ ਕੌਨਫਲਿਕਟ ਹੈਗਾ ਉਹ ਘੱਟ ਹੁੰਦਾ ਜਾ ਰਿਹਾ ਸੋਸ਼ਲ ਮੀਡੀਆ ਦੇ ਥਰੂ, ਬਟ ਉਸ ਦੌਰ 'ਤੇ ਜਦੋਂ ਇੰਡੀਆ ਪਾਕਿਸਤਾਨ ਦਾ ਬਟਵਾਰਾ ਹੋ ਰਿਹਾ ਸੀਗਾ, ਉਸ ਤੋਂ ਪਹਿਲਾਂ ਦੀ ਜ਼ਿੰਦਗੀ ਕਿੱਦਾਂ ਲੋਕ ਜਿਉਂਦੇ ਸੀਗੇ? ਜੀ, ਇੱਕ ਤਾਂ ਮੈਂ ਗੱਲ ਇਹ ਕਹਿਣਾ ਚਾਹਾਂਗਾ ਕਿ ਦੇਖੋ ਜੀ, ਇੰਡੀਆ ਅਤੇ ਪਾਕਿਸਤਾਨ ਦੀ ਆਪਸ ਵਿੱਚ ਰੀਕਨਸੀਲੀਏਸ਼ਨ ਹੋਏਗੀ ਇੱਕ ਦਿਨ। ਇਹ ਜ਼ਰੂਰੀ ਨਹੀਂ ਕਿ ਮੇਰੇ ਜ਼ਿੰਦਾ ਹੁੰਦੇ ਟਾਈਮ, ਮੇਰੇ ਬੱਚਿਆਂ ਦੇ ਬੱਚੇ ਜਿਹੜੇ ਹੈ, ਜਦੋਂ ਉਹਨਾਂ ਦੇ ਟਾਈਮ ਇੰਡੀਆ ਅਤੇ ਪਾਕਿਸਤਾਨ ਦੀ ਰੀਕਨਸੀਲੀਏਸ਼ਨ ਹੋਵੇਗੀ। ਦੇਖੋ ਜੀ, ਯੂਰਪ ਦੇ ਜਿਹੜੀਆਂ ਕੰਟਰੀਜ਼ ਹੈ, ਕਿੰਨੀ ਸੈਂਚਰੀਜ਼ ਲੜ ਮਾਰ ਪਈਆਂ ਇੱਕ ਦੂਜੇ ਦੇ ਨਾਲ, ਲੇਕਿਨ ਹੁਣ ਦੇਖੋ ਯੂਰੋਪੀਅਨ ਕੰਟਰੀਜ਼ ਹੈਵ ਅ ਯੂਰੋਪੀਅਨ ਯੂਨੀਅਨ, ਦੇਖੋ ਸਾਨੂੰ ਵੀ ਅਕਲ ਆਏਗੀ ਇੱਕ ਦਿਨ। ਲੇਕਿਨ ਬਿਫੋਰ ਇੰਡੀਆ ਐਂਡ ਪਾਕਿਸਤਾਨ ਕੈਨ ਰੀਕਨਸਾਈਲ, ਜਿਹੜੇ ਪੰਜਾਬੀ ਅਸੀਂ ਹੈਗੇ ਹਾਂ, ਚੜ੍ਹਦੇ ਅਤੇ ਲੈਂਦੇ ਪੰਜਾਬ ਵਾਲੇ ਪਾਸੇ, ਚੜ੍ਹਦਾ ਪੰਜਾਬੀ ਸੂਰਜ ਚੜ੍ਹਦਾ ਉਹਦੇ ਇੰਡੀਆ ਵਾਲਾ ਪਾਸਾ, ਅਤੇ ਜਿੱਥੇ ਸੂਰਜ ਉਤਰਦਾ ਮਤਲਬ ਲਹਿੰਦਾ ਉਹ ਹੋ ਗਿਆ ਪਾਕਿਸਤਾਨ ਵਾਲਾ ਸਾਈਡ। ਜਿਹੜੇ ਚੜ੍ਹਦੇ ਅਤੇ ਲਹਿੰਦੇ ਦੇ ਪੰਜਾਬੀ ਹੈਗੇ, ਸਿੱਖ, ਮੁਸਲਮਾਨ, ਕ੍ਰਿਸਚਨ ਅਤੇ ਹਿੰਦੂ, ਸਾਡੇ ਸਭ ਦਾ ਕਲਚਰ ਸੇਮ ਹੈ, ਸਾਡੀ ਬੋਲੀ ਸੇਮ। ਅਗਰ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕ ਆਪਸ 'ਚ ਰੀਕਨਸਾਈਲ ਨਹੀਂ ਕਰ ਸਕਦੇ ਨਾ, ਫਿਰ ਇੰਡੀਆ ਐਂਡ ਪਾਕਿਸਤਾਨ ਵੀ ਨਹੀਂ ਰੀਕਨਸਾਈਲ ਕਰ ਸਕਦੇ। ਸੋ ਮੇਰਾ ਜਿਹੜਾ ਕੰਮ ਉਹ ਪ੍ਰਾਇਮਰਲੀ ਰਿਹਾ ਜੀ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਜਿਹੜੇ ਪੰਜਾਬੀ ਹੈਗੇ ਹੈ, ਇੱਕ ਦੂਜੇ ਨਾਲ ਰੀਕਨਸਾਈਲ ਕਰਨ, ਇੱਕ ਦੂਜੇ ਨਾਲ ਪਿਆਰ ਕਰਨ, ਮੁਹੱਬਤ ਕਰਨ, ਨਾ ਕਿ ਦੁਸ਼ਮਣੀ। ਇੱਕ ਵਾਰੀ ਉਹ ਹੋ ਜਾਏ ਫਿਰ ਇੰਡੀਆ ਅਤੇ ਪਾਕਿਸਤਾਨ ਦੀ ਆਪਸ ਵਿੱਚ ਦੋਸਤੀ ਹੋਣੀ ਵੀ ਪਾਸਿਬਲ ਹੈ ਜੀ। ਮੇਰੇ ਜੀ ਫੈਮਿਲੀ ਵਿੱਚ ਸਭ ਤੋਂ ਪੁਰਾਣਾ ਜਿਹੜਾ ਮੈਨੂੰ ਪਤਾ ਹਿਸਟਰੀ ਵਿੱਚ, 1255 ਦੀ ਮੈਂ ਗੱਲ ਕਰ ਰਿਹਾ ਸੀ ਜੀ। ਇਹ ਜੀ 1255 ਦੀ ਮੈਂ ਗੱਲ ਕਰ ਰਿਹਾ ਜਦੋਂ ਬਾਬਾ ਫਰੀਦ ਆਪ ਜ਼ਿੰਦਾ ਹੁੰਦੇ ਸੀ। ਸਾਡੇ ਇੱਕ ਬਜ਼ੁਰਗ ਹੁੰਦੇ ਸੀ ਰਾਏ ਭਾਗਮਲ, ਜਿਹੜੇ ਮੁਲਤਾਨ ਤੋਂ ਸੀ ਜੀ। ਉਹਨਾਂ ਨੇ ਜਾ ਕੇ ਪਾਕ ਪੱਤਨ ਬਾਬਾ ਫਰੀਦ ਦੇ ਉੱਥੇ ਭੰਡਾਰਾ ਲਾਇਆ ਸੀ 2 ਸਾਲ, ਜਿਹਨੂੰ ਅਸੀਂ ਲੰਗਰ ਕਹਿੰਦੇ ਹਾਂ। ਦੇਖੋ ਸੂਫੀ ਦੇ ਸਿੱਖਾਂ ਤੋਂ ਕਿੰਨੀ ਦੇਰ ਪਹਿਲੇ ਲੰਗਰ ਕਰ ਰਹੇ, ਦੇਖੋ ਨਾ ਜੀ, ਸੂਫੀਆਂ ਦਾ ਲੰਗਰ ਤਾਂ ਬਹੁਤ ਦੇਰ ਪਹਿਲੇ ਦਾ ਚੱਲ ਰਿਹਾ। ਅਤੇ ਉਸ ਕਰਕੇ ਬਾਬਾ ਫਰੀਦ ਨੇ ਸਾਡੀ ਫੈਮਿਲੀ ਨੂੰ ਭੰਡਾਰੀ ਦਾ ਖਿਤਾਬ ਦਿੱਤਾ ਸੀ ਜੀ। ਸੋ ਸਾਡੀ ਜਿਹੜੀ ਫੈਮਿਲੀ ਹੈਗੀ ਹੈ, ਫਰੋਮ ਅਬਾਊਟ 1255 ਔਨਵਰਡਸ ਮੁਲਤਾਨ ਰਹਿੰਦੀ ਸੀ, ਭੰਡਾਰੀ ਕਲਾਉਂਦੇ ਸੀ ਜੀ। ਫਿਰ ਸਾਡੇ ਬਜ਼ੁਰਗ ਲਹਿੰਦੇ ਪੰਜਾਬ ਵਿੱਚ ਜੀ, ਇੱਕ ਆਪਣਾ ਸ਼ਹਿਰ ਹੈਗਾ ਗੁਜਰਾਤ, ਉਹਦੇ ਨੇੜੇ ਇੱਕ ਜਗ੍ਹਾ ਹੈਗੀ ਕੁੰਜਾ, ਅਤੇ ਸਾਡੇ ਬਜ਼ੁਰਗ ਜਿਹੜੇ ਹੈਗੇ ਹੈ ਫਿਰ ਕੁੰਜਾ ਆਏ ਸੀ ਜੀ। ਜਦੋਂ ਕੁੰਜਾ ਹੁੰਦੇ ਸੀ ਉਦੋਂ ਮਹਾਰਾਜਾ ਰਣਜੀਤ ਸਿੰਘ ਜਿਹੜੇ ਦਾਦਾ ਜੀ ਹੁੰਦੇ ਸੀ ਉਸ ਏਰੀਏ ਵਿੱਚ ਕੰਮ ਕਰਦੇ ਸੀ। ਸਾਡੇ ਬਜ਼ੁਰਗ ਜਿਹੜੇ ਹੈਗੇ ਉਹਨਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਜੀ। ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਨੇ ਨਮਕ ਦੀਆਂ ਮਾਈਨਸ ਹੈ ਜਿਹੜੀਆਂ ਉਹਨਾਂ ਨੂੰ ਫਤਿਹ ਕੀਤਾ, ਅਤੇ ਸਾਡੇ ਬਜ਼ੁਰਗ ਜਿਹੜੇ ਹੈਗੇ ਸੀ ਧਰਮ ਸਿੰਘ ਉਹਦੇ ਮੈਨੇਜਰ ਹੋਏ ਸੀ ਜੀ। ਸੋ ਜਿਹੜੀ ਬੜੀ ਪੁਰਾਣੀ ਅਤੇ ਲੰਬੀ ਹਿਸਟਰੀ ਹੈ ਨਾ ਜਿਹੜੀ ਸਾਡੀ ਫੈਮਿਲੀ ਦੀ ਰਹੀ ਹੈ। ਅਤੇ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਹਰਾਂ ਦਾ ਰਾਜ ਆਇਆ ਸ਼ੇਰੇ ਪੰਜਾਬ ਦਾ, ਅਤੇ ਉਦੋਂ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਗੁਜਰਾਂਵਾਲਾ ਦੇ ਨੇੜੇ ਇੱਕ ਪਿੰਡ ਹੈਗਾ ਜੀ, ਉੱਥੇ ਮੂਵ ਕਰ ਗਏ ਸੀ। ਅਤੇ ਉਦੋਂ ਸਾਡੇ ਬਜ਼ੁਰਗਾਂ ਦੀ 42 ਜਗੀਰਾਂ ਸੀ ਜੀ, ਔਰ ਜਿਹਨੂੰ ਪੰਜਾਬੀ 'ਚ ਕਹਿੰਦੇ 42 ਨੂੰ 42। ਅਤੇ ਜੋ ਲੋਕ ਪੁੱਛਦੇ ਸੀ ਕਿੱਥੇ ਜਾ ਰਹੇ ਹੋ, ਕਹਿੰਦੇ 42 ਜਗੀਰਾਂ ਬਤਾਲੀਆਂ ਦੇ ਜਾ ਰਹੇ ਹਾਂ। ਅਤੇ ਇਸ ਕਰਕੇ ਤੁਸੀਂ ਮੇਰਾ ਨਾਂ ਦੇਖੋ ਉਹ ਹੈਗਾ ਤਰਨਜੀਤ ਸਿੰਘ ਬੁਤਾਲੀਆ, ਉਸੇ ਪਿੰਡ ਦੇ ਨਾਂ 'ਤੇ ਜਿਹੜਾ ਗੁਜਰਾਂਵਾਲਾ ਦੇ ਨੇੜੇ ਹੈ ਜੀ। ਸੋ ਜੀ, ਪਾਰਟੀਸ਼ਨ ਦੇ ਟਾਈਮ ਮੇਰੇ ਦਾਦਾ ਦਾਦੀ ਜੀ ਉਹ ਪਿੰਡ ਬੁਤਾਲਾ ਪਿੰਡ ਦਾ ਨਾਂ ਹੈ, ਅਜੇ ਵੀ ਪਿੰਡ ਦਾ ਨਾਂ ਬੁਤਾਲਾ ਝੰਡਾ ਸਿੰਘ ਹੈ ਸਾਡੇ ਬਜ਼ੁਰਗਾਂ ਦੇ ਨਾਂ 'ਤੇ, ਉੱਥੇ ਹੁੰਦੇ ਸੀ। ਮੇਰੇ ਜਿਹੜੇ ਦਾਦਾ ਜੀ ਹੈ ਉਹ ਜੀ ਆਪਣਾ ਇੰਡੀਅਨ ਮਿਲਟਰੀ ਅਕੈਡਮੀ ਜਿਹੜੀ ਹੈਗੀ ਉਹਦੇ ਸੈਕਿੰਡ ਬੈਚ ਵਿੱਚ ਹੁੰਦੇ ਸੀ, ਅਤੇ ਉਸ ਤੋਂ ਬਾਅਦ ਉਸ ਤੋਂ ਇਨਫੈਕਟ ਪਹਿਲੇ ਲਿਮੀ ਬੈਕ ਟਰੈਕ, ਮੈਂ ਦੁਬਾਰਾ ਦਾਦੀ ਦੀ ਗੱਲ ਕਰਦਾ। ਮੇਰੇ ਦਾਦਾ ਦੀ ਜੀ ਸਭ ਤੋਂ ਪਹਿਲੇ ਤਾਂ ਗਏ ਸੀ ਆਪਣਾ ਐਚਿਸਨ ਚੀਫਸ ਕਾਲਜ ਲਾਹੌਰ ਹੈ ਜਿਹੜਾ, ਉੱਥੇ ਪੜ੍ਹਦੇ ਹੁੰਦੇ ਸੀ। ਅਤੇ ਜਦੋਂ ਉੱਥੇ ਪੜ੍ਹਦੇ ਹੁੰਦੇ ਸੀ ਅਤੇ ਉਹਨਾਂ ਦੇ ਜਿਹੜੇ ਰੂਮਮੇਟ ਹੁੰਦੇ ਸੀ ਉਹ ਜੀ ਸਰ ਸਾਦਿਕ ਖਾਨ, ਨਵਾਬ ਆ ਬਹਾਵਲਪੁਰ, ਉਹ ਅਤੇ ਮੇਰੇ ਦਾਦਾ ਜੀ ਇਕੱਠੇ ਪੋਲੋ ਖੇਡਦੇ ਸੀ। ਸਾਡੀ ਫੈਮਿਲੀ ਬੜੀ ਸੋਹਣੀ ਫੋਟੋ ਹੈ ਜਿਹੜੀ ਤੁਸੀਂ ਦੇਖੋਗੇ ਕਿ ਉਹ ਪੋਲੋ ਟਰੋਫੀਜ਼ ਦੇ ਨਾਲ ਬੈਠੇ ਹੈ ਜੀ। ਉੱਥੋਂ ਜੀ ਗ੍ਰੈਜੂਏਟ ਕਰਕੇ ਫਿਰ ਉਹ ਗਏ ਸੀ IIM ਦੇਹਰਾਦੂਨ,
ਆਈ ਮੈਂ ਦੇਹਰਾਦੂਨ ਤੋਂ ਬਾਅਦ ਉਹ ਆਰਮੀ 'ਚ ਦਾਖਲ ਹੋਏ, ਉਸ ਤੋਂ ਬਾਅਦ ਅਰਲੀ ਰਿਟਾਇਰਮੈਂਟ ਲੈ ਕੇ ਉਹ ਬੁਤਾਲਾ ਪਿੰਡ ਜਿਹੜਾ ਗੁਜਰਾਂਵਾਲ ਦੇ ਨੇੜੇ, ਮੈਂ ਤੁਹਾਨੂੰ ਦੱਸਿਆ ਸੀ, ਉੱਥੇ ਆ ਕੇ ਰਿਟਾਇਰ ਹੋ ਗਏ। ਅਤੇ ਮੇਰੀ ਦਾਦੀ ਜੀ ਜਿਹੜੇ ਹੈਗੇ ਆ ਉਹ ਵੀ ਉੱਥੇ ਪਿੰਡ ਵਿੱਚ ਉਹਨਾਂ ਦੇ ਨਾਲ ਰਹਿੰਦੇ ਸੀ। ਮੇਰੇ ਜਿਹੜੇ ਫਾਦਰ ਹੈਗੇ ਆ ਉਹ ਜੀ ਬਾਏ ਦੈਟ ਟਾਈਮ ਉਹ ਵੀ ਵੱਡੇ ਹੋ ਗਏ ਸੀ, ਸੋ ਉਹ ਵੀ ਐਚਸਨ ਕਾਲਜ ਜਿੱਥੇ ਮੇਰੇ ਦਾਦਾ ਜੀ ਗਏ ਸੀ ਉੱਥੇ ਗਏ ਸੀ। ਇਨ ਐਡੀਸ਼ਨ ਮੇਰੇ ਪੜਦਾਦਾ ਜੀ ਵੀ ਐਚਸਨ ਕਾਲਜ ਗਏ। ਤਿੰਨ ਪੁਸ਼ਤਾਂ, ਪੜਦਾਦਾ ਜੀ, ਦਾਦਾ ਜੀ ਦੇ ਫਾਦਰ, ਹਾਂਜੀ। ਸੋ ਜਦੋਂ ਪਾਰਟੀਸ਼ਨ ਆ ਰਿਹਾ ਸੀ, ਮੇਰੇ ਫਾਦਰ ਉਦੋਂ ਐਚਸਨ ਕਾਲਜ ਜਾਂ ਚੀਫਸ ਕਾਲਜ ਲਾਹੌਰ ਸੀ। ਅਤੇ ਜੀ ਜਿਹੜੇ ਸਕੂਲ ਦੇ ਪ੍ਰਿੰਸੀਪਲ ਸੀ ਉਹਨਾਂ ਨੇ ਡਿਸਾਈਡ ਕੀਤਾ ਕਿ ਜਿਹੜੇ ਤੇ ਸਿੱਖ ਅਤੇ ਹਿੰਦੂ ਬੱਚੇ ਹੈ ਉਹਨਾਂ ਨੂੰ ਇੰਡੀਆ ਵਾਲੇ ਪਾਸੇ ਭੇਜ ਦਿੱਤਾ ਜਾਏ ਅਤੇ ਜਿਹੜੇ ਮੁਸਲਮਾਨ ਹੈ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਏ। ਸੋ ਮੇਰੇ ਫਾਦਰ ਨੂੰ ਸਕੂਲ ਨੇ ਡਾਇਰੈਕਟਲੀ ਭੇਜ ਦਿੱਤਾ ਸੀ ਟੂ ਚੜ੍ਹਦਾ ਪੰਜਾਬ, ਅਤੇ ਉੱਥੇ ਮੇਰੇ ਫਾਦਰ ਦੇ ਜਿਹੜੇ ਦੋ ਭਰਾ ਹੈ ਉੱਥੇ ਸੀ ਪਿੰਡ ਵਿੱਚ ਜੀ, ਬਤਾਲੇ ਪਿੰਡ ਵਿੱਚ ਜਿੱਥੇ ਸਾਡੀ ਫੈਮਿਲੀ ਰਹੀ ਹੈ ਕੋਈ ਘੱਟ ਤੋਂ ਘੱਟ 250 ਜਾਂ 250-300 ਸਾਲ ਰਹੀ ਸਾਡੀ ਫੈਮਿਲੀ ਜਿੱਥੇ, ਬਤਾਲੀ ਜਗੀਰਾਂ ਦੇ ਮਾਲਕ। ਉੱਥੇ ਜੀ ਮੇਰੇ ਦਾਦਾ ਜੀ ਸੀ, ਮੇਰੇ ਦਾਦੀ ਜੀ ਸੀ, ਅਤੇ ਨਾਲ ਮੇਰੇ ਇੱਕ ਚਾਚਾ ਜੀ ਸੀ ਜਿਹੜੇ 2-2.5 ਸਾਲ ਦੇ ਸੀ, ਇੱਕ ਮੇਰਾ ਚਾਚਾ ਜੀ ਸਿਰਫ 2 ਮਹੀਨੇ ਦੇ ਸੀ। ਆਪ ਅਸੀਂ ਜਦੋਂ ਬਜ਼ੁਰਗਾਂ ਨੂੰ ਪੁੱਛਦੇ ਹਾਂ ਕਿ ਵੀ ਦੱਸੋ ਤੁਸੀਂ ਕਿ ਵੀ ਉਹ ਜੀ ਲਾਈਫ ਕਿੱਥੋਂ ਸੀ, ਮੈਨੂੰ ਕਿਵੇਂ ਪਤਾ ਲੱਗੀ। ਮੇਰੇ ਫਾਦਰ ਤੇ ਮੇਰੇ ਫਾਦਰ ਆਰਮੀ 'ਚ ਹੁੰਦੇ ਸੀ, ਅਤੇ ਮੇਰੇ ਨਾ ਫਾਦਰ ਮਦਰ ਨੇ ਜਦੋਂ ਕਿਤੇ ਪਾਰਟੀ 'ਤੇ ਜਾਣਾ ਸ਼ਾਮ ਨੂੰ, ਅਤੇ ਮੈਨੂੰ ਦਾਦੀ ਸਾਰੀ ਕਹਾਣੀਆਂ ਸੁਣਾਉਂਦੀ ਹੁੰਦੀ ਸੀ ਸਾਰੀਆਂ। ਆਈ ਵਾਜ਼ ਦ ਗੋਲਡਨ ਆਈਡ ਬੋਏ ਜਿਹਨੂੰ ਕਹਿੰਦੇ ਨਾ ਆਫ ਮੇਰੇ ਦਾਦੀ ਜੀ ਦਾ। ਮੇਰੀ ਭੈਣ ਕੋਈ ਚੀਜ਼ ਠੀਕ ਨਹੀਂ ਕਰ ਸਕਦੀ ਸੀ ਅਤੇ ਮੈਂ ਕੋਈ ਚੀਜ਼ ਗਲਤ ਨਹੀਂ ਕਰ ਸਕਦਾ ਸੀ। ਸੋ ਸਾਰੀਆਂ ਚੀਜ਼ਾਂ ਮੈਨੂੰ ਨਾ ਆਪਣੀ ਦਾਦੀ ਨੇ ਕੋਈ ਘੱਟ ਤੋਂ ਘੱਟ 20-25-30-40-50 ਵਾਰੀ ਦੱਸੀਆਂ ਹੋਈਆਂ ਕਿ ਮੈਨੂੰ ਤਾਂ ਲੱਗਦਾ ਕਿ ਮੈਂ ਉਹਨਾਂ ਦੇ ਨਾਲ ਸੀ ਉੱਥੇ। ਹਾਂਜੀ, ਮੈਂ ਉਦੋਂ ਹੋਵਾਂਗਾ ਜੀ ਕੋਈ ਉਮਰ ਮੇਰੀ ਹੋਏਗੀ ਕੋਈ 10 ਕੁ ਸਾਲ ਤੋਂ ਲੈ ਕੇ ਕੋਈ 20 ਕੁ ਸਾਲ ਤੱਕ। ਮੇਰੀ ਦਾਦੀ ਨੇ ਸਾਰੀਆਂ ਮੈਨੂੰ ਗੱਲਾਂ ਸੁਣਾਈਆਂ ਅਤੇ ਕਹਿੰਦੇ ਸੀ ਜੀ ਕਿ ਉੱਥੇ ਜਦੋਂ ਪਿੰਡ ਰਹਿੰਦੇ ਸੀ ਅਤੇ ਆਪਣਾ ਬਟਵਾਰਾ ਆਉਣ ਲੱਗਾ ਅਤੇ ਜਾਂ ਜਿਹਨੂੰ ਅਸੀਂ ਲੋਕੀ ਕਹਿੰਦੇ ਉਜਾੜਾ ਆਉਣ ਲੱਗਾ, ਹਾਂਜੀ, ਉਹਦੇ 'ਤੇ ਕਹਿੰਦੇ ਕਿ ਜਿਵੇਂ ਸਾਰੇ ਲੋਕ ਸੋਚਦੇ ਸੀ ਕਿ ਅਸੀਂ ਚਲੋ ਮਤਲਬ ਪ੍ਰੋਬਲਮ ਆ ਰਹੀ ਹੈ, ਲੇਕਿਨ ਪਿੰਡ ਦੇ ਜਿਹੜੇ ਮੁਸਲਮਾਨ ਹੈ ਉਹਨਾਂ ਨੇ ਕਿਹਾ ਜੀ ਫਿਕਰ ਨਾ ਕਰੋ ਅਸੀਂ ਤੁਹਾਡੀ ਰਖਵਾਲੀ ਕਰਾਂਗੇ। ਅਤੇ ਕਹਿੰਦੇ ਠੀਕ ਹੈ। ਅਤੇ ਜੀ ਹੁਣ ਮੈਂ ਗੱਲ ਕਰ ਰਿਹਾ ਕੋਈ ਅਬਾਊਟ ਐਂਡ ਆਫ ਔਗਸਟ, ਪਿੰਡ ਤੋਂ ਬਾਹਰੋਂ ਕੋਈ ਕਾਫਲੇ ਆਏ ਜਿਨ੍ਹਾਂ ਨੇ ਸਾਡੀ ਜਿਹੜੀ ਬੁਤਾਲੇ ਦੀ ਹਵੇਲੀ ਹੈ ਉਹਦੇ ਪਿਛਲੇ ਪਾਸੇ ਅਟੈਕ ਕਰਕੇ ਅੱਗ ਲਾ ਦਿੱਤੀ, ਅਤੇ ਜਿਹੜੇ ਲੋਕਲ ਮੁਸਲਮਾਨ ਹੈ ਸਾਡੇ ਉੱਥੋਂ ਦੇ ਪਿੰਡ ਦੇ ਉਹਨੇ ਅੱਗ ਬੁਝਾ ਦਿੱਤੀ। ਲੇਕਿਨ ਉਹਨਾਂ ਨੇ ਮੇਰੇ ਦਾਦੀ ਦਾਦੀ ਜੀ ਨੂੰ ਕਿਹਾ ਕਿ ਤੁਹਾਡੇ ਲਈ ਸੇਫ ਨਹੀਂ ਹੈ ਇੱਥੇ ਅਤੇ ਤੁਸੀਂ ਨਾ ਥੋੜ੍ਹੇ ਦਿਨ ਲਈ ਬਾਹਰ ਚਲੇ ਜਾਓ। ਅਤੇ ਇਹ ਟਿਪੀਕਲ ਸੀ ਜੀ, ਮੋਸਟਲੀ ਲੋਕਾਂ ਨੂੰ ਕੀ ਪਤਾ ਸੀ ਕਿ ਇੱਕ ਵਾਰੀ ਗਏ ਤਾਂ ਅਸੀਂ ਵਾਪਸ ਨਹੀਂ ਵਾਪੜਨਾ। ਪੀਪਲ ਨੈਵਰ ਥੋਟ, ਲੋਕ ਸੋਚਦੇ ਸੀ ਜਾਵਾਂਗੇ ਅਤੇ 2-3 ਮਹੀਨੇ ਬਾਅਦ ਵਾਪਸ ਆ ਜਾਵਾਂਗੇ। ਨੋਬਡੀ ਥੋਟ ਕਿ ਦਿਸ ਵਾਜ਼ ਅ ਵਨ ਵੇ ਜਰਨੀ। ਸੋ ਮੇਰੇ ਦਾਦਾ ਦਾਦੀ ਜੀ ਅਤੇ ਮੇਰੇ ਚਾਚਾ ਦੋਨੋਂ ਉਹਨਾਂ ਨੂੰ ਤਿਆਰ ਕੀਤਾ ਅਤੇ ਮੇਰੀ ਦਾਦੀ ਨੇ ਕਹਾਣੀ ਮੈਨੂੰ ਬਹੁਤ ਵਾਰੀ ਸੁਣਾਈ ਹੈ, ਮੈਨੂੰ ਤਾਂ ਲੱਗਦਾ ਕਿ ਮੈਂ ਜਿਵੇਂ ਨਾਲ ਸੀ ਉਹਨਾਂ ਦੇ, ਰੌਂਗਟੇ ਖੜੇ ਹੋ ਜਾਂਦੇ ਆ। ਮੇਰੇ ਦਾਦਾ ਜੀ ਨੇ ਜੀ ਆਪਣਾ ਜਿਵੇਂ ਮੁਸਲਮਾਨ ਗੋਲ ਪੱਗ ਬੰਨਦੇ ਆ ਨਾ, ਗੋਲ ਪੱਗ ਬੰਨੀ, ਮੇਰੇ ਦਾਦੀ ਜੀ ਨੇ ਬੁਰਕਾ ਪਾਇਆ ਅਤੇ ਮੇਰੇ ਜਿਹੜੇ ਇੱਕ ਚਾਚਾ ਹੈ ਛੋਟਾ ਉਹਨੂੰ ਗੋਦੀ ਚੁੱਕਿਆ, ਜਿਹੜਾ 2.5 ਸਾਲ ਦਾ ਚਾਚਾ ਸੀ ਉਹਨੂੰ ਗਧੇ 'ਤੇ ਬਿਠਾ ਕੇ ਬੁਤਾਲਾ ਦੇ ਸਰਦਾਰ ਬਤਾਲੀ ਜਗੀਰਾਂ ਦੇ ਉਸ ਘਰ ਦੀ ਹਵੇਲੀ ਦਹਿਲੀਜ਼ ਤੋਂ ਹਮੇਸ਼ਾ ਲਈ ਨਿਕਲ ਪਏ। ਅਤੇ ਜੀ ਬੁਤਾਲੇ ਪਿੰਡ ਤੋਂ ਕੋਈ ਆਈ ਵੁੱਡ ਸੇ ਕੋਈ 8-10 ਮੀਲ 'ਤੇ ਹੀ ਗੁਜਰਾਂਵਾਲਾ ਸ਼ਹਿਰ ਹੈਗਾ। ਇਹ ਗੁਜਰਾਂਵਾਲਾ ਸ਼ਹਿਰ ਪਹੁੰਚ ਕੇ ਉਹਨਾਂ ਨੇ ਉੱਥੇ ਇੱਕ ਰੈਫਿਊਜੀ ਕੈਂਪ ਸੀ ਅਤੇ ਮੇਰੇ ਦਾਦਾ ਜੀ ਨਾ ਰਜਿਸਟਰ 'ਚ ਐਂਟਰ ਕੀਤਾ ਕਿ ਵੀ ਰਿਟਾਇਰਡ ਕੈਪਟਨ ਅਜੀਤ ਸਿੰਘ ਬੁਤਾਲੀਆ। ਅਤੇ ਜਿਹੜਾ ਗੁਜਰਾਂਵਾਲਾ ਦਾ ਹੈਗਾ ਸੀ ਜੀ ਆਪਣਾ ਆਰਮੀ ਆਫਿਸਰ, ਉਹ ਗੋਰਾ ਸੀ, ਉਹਨੇ ਦੇਖ ਲਿਆ ਅਤੇ ਉਹ ਕਹਿੰਦਾ ਕਿ ਓਬਵੀਅਸਲੀ ਹੀ ਇਜ਼ ਐਨ ਆਫਿਸਰ ਬ੍ਰਿਟਿਸ਼ ਆਰਮੀ ਰਿਟਾਇਰਡ। ਉਹਨੇ ਮੇਰੇ ਦਾਦਾ ਜੀ ਨੂੰ ਬੁਲਾਇਆ, ਕਹਿੰਦਾ ਕਿ ਜੀ ਇਸ ਤਰ੍ਹਾਂ ਤੁਸੀਂ ਮੈਨੂੰ ਇਹ ਦੱਸੋ ਕਿ ਆਈ ਸੀ ਯੂ ਆਰ ਅ ਬ੍ਰਿਟਿਸ਼ ਆਫਿਸਰ ਰਿਟਾਇਰਡ ਹੋ ਤੁਸੀਂ। ਕਹਿੰਦੇ ਹਾਂ ਜੀ। ਅਤੇ ਕਹਿੰਦਾ ਇੰਝ ਕਰੋ ਕਿ ਤੁਹਾਨੂੰ ਨਾ ਮੈਂ ਗੱਡੀ ਦਿੰਦਾ, ਤੁਸੀਂ ਪਾਰ ਤੁਹਾਨੂੰ ਨਾ ਬਾਰਡਰ ਦੇ ਪਾਰ ਗੱਡੀ ਛੱਡ ਆਏਗੀ ਜਾ ਕੇ ਵਿਦ ਐਡੀਕੁਏਟ ਪ੍ਰੋਟੈਕਸ਼ਨ। ਅਤੇ ਮੇਰੇ ਦਾਦੀ ਜੀ ਮੈਨੂੰ ਕਹਿੰਦੇ ਕਿ ਮੇਰੇ ਦਾਦਾ ਜੀ ਨੂੰ ਕਿਹਾ ਕਿ ਇਹ ਲੋੜ ਨਹੀਂ ਹੈ, ਕਹਿੰਦੇ ਮੇਰਾ ਇੱਕ ਦੋਸਤ ਹੈਗਾ ਉਹ ਲਾਹੌਰ ਰਹਿੰਦਾ, ਸਾਨੂੰ ਲਾਹੌਰ ਛੱਡ ਆਓ ਅਤੇ ਲਾਹੌਰ ਛੱਡ ਆਓ ਸਾਨੂੰ, ਅਤੇ ਉਸ ਤੋਂ ਬਾਅਦ ਸਾਨੂੰ ਸੰਭਾਲ ਲਏਗਾ।
ਠੀਕ ਹੈ ਤੇ ਜਦੋਂ ਉਹ ਫਿਰ ਆਪਣਾ ਨਿਕਲੇ ਉੱਥੇ ਤੇ ਆਪਣਾ ਗੱਡੀ 'ਚ ਬੈਠ ਕੇ ਉਹ ਲਾਹੌਰ ਆ ਗਏ ਤੇ ਉਹਨਾਂ ਦੇ ਜਿਹੜੇ ਦੋਸਤ ਹੈਗੇ ਹੈ ਉਹਨਾਂ ਨੇ ਉਹਨਾਂ ਨੂੰ ਆਪਣੇ ਘਰ ਲਾਹੌਰ ਵਿੱਚ ਰੱਖਿਆ ਜੀ ਮੇਰੀ ਦਾਦੀ ਦੱਸਦੀ ਹੈ ਕਿ ਜਦੋਂ ਉਹਨਾਂ ਨੇ ਖਾਣਾ ਬਣਾਉਣਾ ਤੇ ਉਹਨਾਂ ਨੇ ਮੁਰਗੀਆਂ ਲੈ ਕੇ ਆਉਣੀਆਂ ਦੋ ਮੁਰਗੀਆਂ ਲੈ ਕੇ ਆਉਣੀਆਂ ਇੱਕ ਨੂੰ ਹਲਾਲ ਹੋਣਾ ਇੱਕ ਨੂੰ ਝਟਕਾ ਹੋਣਾ ਉਹਨਾਂ ਦੀ ਵਾਈਫ ਜਿਹੜੀ ਹੈਗੀ ਹੈ ਮੇਰੇ ਦਾਦੇ ਦੋਸਤ ਦੀ ਉਹਨੇ ਅਲੱਗ ਅਲੱਗ ਭਾਂਡਿਆਂ ਵਿੱਚ ਅਲੱਗ ਅਲੱਗ ਦੋ ਮੁਰਗੀਆਂ ਬਣਾਉਣੀਆਂ ਫਿਰ ਕੱਪੜੇ ਸੀ ਕੱਪੜੇ ਸੀਨ ਨੂੰ ਚਾਹੀਦੇ ਸੀ ਕਹਿੰਦੇ ਕਿ ਉਹ ਇਹ ਨਹੀਂ ਚਾਹੁੰਦੇ ਸੀ ਕਿ ਲੋਕਾਂ ਨੂੰ ਬਾਹਰੋਂ ਪਤਾ ਲੱਗ ਜਾਏ ਕਿ ਕੋਈ ਆਇਆ ਇੱਕ ਮੁਸਲਮਾਨ ਸਿੱਖ ਫੈਮਿਲੀ ਲੁਕਾ ਕੇ ਰੱਖਿਆ ਸੋ ਕਹਿੰਦੇ ਉਹ ਜਿਹੜੀ ਵਾਈਫ ਹੈ ਉਹ ਕੱਪੜੇ ਵੀ ਆਪ ਸੀਂਦੀ ਸੀ ਆਪਣੇ ਹੱਥ ਨਾਲ ਫਿਰ ਦਾਦੀ ਜੀ ਕਹਿੰਦੇ ਆ ਕਹਿੰਦੇ ਕਿ ਰਾਤ ਨੂੰ ਤੁਹਾਡਾ ਜਿਹੜਾ ਚਾਚਾ 2.5 ਮਹੀਨੇ ਦਾ ਸੀ ਉਹ ਜਾਗਦਾ ਸੀ ਤੇ ਕਹਿੰਦੇ ਜਦੋਂ ਉਹਨੇ ਜਾਗਣਾ ਕਹਿੰਦੇ ਮੇਰੇ ਤੋਂ ਪਹਿਲੇ ਕਿ ਮੈਂ ਉੱਠ ਕੇ ਉਹਨੂੰ ਫੜ ਲਵਾਂ ਉਹਨਾਂ ਦੀ ਵਾਈਫ ਉਹਨੂੰ ਚੁੱਕ ਲੈਂਦੀ ਸੀ ਬੱਚੇ ਨੂੰ ਤੇ ਉਹਨੂੰ ਖਿਡਾਉਣਾ ਤੇ ਖਿਆਲ ਰੱਖਣਾ ਤੇ ਜੀ ਇਹੋ ਜਿਹੀ ਜਿਹੜੀ ਪਿਆਰ ਮੁਹੱਬਤ ਹੈ ਇਹ ਪਾਰਟੀਸ਼ਨ ਤੋਂ ਪਹਿਲੇ ਜਿਹੜੀ ਹੈਗੀ ਹੈ ਮੁਸਲਮਾਨ ਸਿੱਖਾਂ ਵਿੱਚ ਰਹੀ ਸੀ ਤੇ ਜਿਹੜੀ ਇਹ ਐਗਜ਼ਾਮਪਲ ਮੈਂ ਦੇ ਰਿਹਾ ਇਸ ਦੀ ਇਜ਼ ਆਲਸੋ ਦ ਸੇਮ